ਤੁਹਾਡੇ ਜੋ ਹਮਸਫਰ ਨੇ ਉਹਨਾਂ ਨੇ ਵੱਲੋਂ ਜਿਹੜਾ ਸਾਥ ਮਿਲਿਆ ਆ ਮੈਂ ਚਾਹੁੰਦਾ ਵੀ ਉਹਦੀ ਥੋੜੀ ਜੀ ਗੱਲ ਕੀਤੀ ਜਾਵੇ ਕਿਉਂਕਿ ਜਦੋਂ ਆਪਾਂ ਜਿੱਥੇ ਆਪਾਂ ਨਾਲ ਬਿਠਾਉਣਾ ਚਾਹੁੰਦੀ ਸੀ ਮੈਂ ਕਿਹਾ ਚਲੋ ਮੈਂ ਅਗਲੀ ਇੰਟਰਵਿਊ 'ਚ ਉਹਨਾਂ ਨੂੰ ਨਾਲ ਲੂੰ ਕਿਉਂਕਿ ਜੇ ਦੇਖੋ ਪੇਕੇ ਹੁਣ ਮੇਰੇ ਵਿਆਹ ਤੋਂ ਪਿੱਛੇ ਰਹਿ ਗਏ ਹੈ ਨਾ ਵਿਆਹ ਤੋਂ ਬਾਅਦ ਮੇਰੇ ਜੀਵਨ ਸਾਥੀ ਦਾ ਹੀ ਰੋਲ ਆ ਜੇ ਮੈਂ ਗਾਇਕੀ ਤੋਂ ਬਾਅਦ ਫਿਲਮਾਂ 'ਚ ਆ ਰਹੀ ਹਾਂ ਪ੍ਰਮੋਸ਼ਨਾਂ 'ਚ ਮੇਰੇ ਨਾਲ ਨਾਲ ਨੇ ਜੇ ਉਹ ਮੇਰੇ ਨਾਲ ਨਾ ਹੁੰਦੇ ਤਾਂ ਮੁਸ਼ਕਲ ਸੀ ਹੈ ਨਾ ਹੁਣ ਮੈਂ ਆਉਣਾ ਆਪਦੀ ਇੰਟਰਵਿਊ ਦੇਣੀ ਹੈ ਪ੍ਰੋਗਰਾਮ ਕਰਨਾ ਬਾਕੀ ਸਾਰੀਆਂ ਟੈਨਸ਼ਨਾਂ ਤਾਂ ਉਹਨਾਂ ਨੇ ਲਈਆਂ ਹੋਈਆਂ ਨੇ ਵਾਕਈ ਜੀ ਜੀਵਨ ਸਾਥੀ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਨਾ ਪਰ ਇਹ ਫਿਲਮ ਤਾਂ ਹੀ ਹੈ ਨਾ ਵੀ ਜਿਵੇਂ ਮੇਰੇ ਜੀਵਨ ਸਾਥੀ ਨੇ ਹਰ ਪਲ ਮੇਰਾ ਸਾਥ ਦਿੰਦੇ ਨੇ ਅਤੇ ਜੇ ਕਿਤੇ ਮਰਦ ਭਾਵੇਂ ਉਹ ਪਿਓ ਹੋਵੇ ਭਾਵੇਂ ਉਹ ਭਰਾ ਹੋਵੇ ਭਾਵੇਂ ਉਹ ਹਸਬੈਂਡ ਹੋਵੇ ਭਾਵੇਂ ਕੋਈ ਰਿਸ਼ਤੇਦਾਰ ਹੋਵੇ ਜੇ ਕਿਤੇ ਔਰਤ ਦੇ ਪੱਖ 'ਚ ਖੜ੍ਹਦੇ ਨੇ ਅਤੇ ਮੈਂ ਕਹਿੰਦੀ ਅਸੀਂ ਤਾਂ ਇੱਕ ਸਮੁੰਦਰ ਹਾਂ ਅਤੇ ਤੁਸੀਂ ਉਸ ਪਿਆਰ ਅਤੇ ਸਤਿਕਾਰ ਨੂੰ ਝੋਲੀ 'ਚ ਪਵਾ ਪਵਾ ਰੱਜ ਜਾਓਗੇ ਪਰ ਡੂੰਘੀ ਤਾਰੀ ਮਾਰ ਕੇ ਤਾਂ ਦੇਖੋ